ਲੌਂਸ ਕਲਬ ਪਠਾਨਕੋਟ ਦੀ ਔਰ ਸੇ ਡਰਾਈਵਿੰਗ ਲਾਇਸੈਂਸ ਬਣਾਉਣੇ ਹਿਤ ਕੈਂਪ ਦਾ ਆਯੋਜਨ ਪ੍ਰਧਾਨ ਰਾਜੀਵ ਖੋਸਲਾ ਦੀ ਅਧਿਖਤਤਾ ਮੇਂ ਕੀਤਾ ਗਿਆ ਜਿਸ ਮੇਂ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਾਉਣੇ ਹਿਤ ਸਮਸਤ ਆਪਚਾਰਿਕਤਾਏ ਪੂਰਨ ਕੀ ਗਈ ਔਰ ਉਨੇ ਜਲਦ ਬਣਾਕਰ ਵਿਤ੍ਰਿਤ ਕਰਨੇ ਹਿਤ ਬਾਤ ਵੀ ਕੀ ਗਈ ਆਇਨਜ਼ ਕਲਬ ਪਠਾਨਕੋਟ ਦੇ ਪ੍ਰਧਾਨ ਲਾਇ ਰਾਜੀਵ ਖੋਸਲਾ ਜੀ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਅੱਜ ਡੀਟੀਓ ਆਫਿਸ ਦੇ ਵਿੱਚ ਡਰਾਈਵਿੰਗ ਲਰਨਿੰਗ ਲਾਇਸੈਂਸ ਦੇ ਉਤੇ ਕੈਂਪ ਲਗਾਇਆ ਗਿਆ ਹੈ ਜਿਹੜੇ ਬੱਚਿਆਂ ਦੇ ਆਨਲਾਈਨ ਫਾਰਮ ਭਰੇਗੇ ਸੀ ਅੱਜ ਸਾਰੇ ਬੱਚੇ ਤੇ ਬੁਲਾਏ ਗਏ ਨੇ ਉਹਨਾਂ ਨੂੰ ਟ੍ਰੈਫਿਕ ਦੇ ਰੂਲਸ ਬਾਰੇ ਰੈਗੂਲੇਸ਼ਨ ਬਾਰੇ ਪੁੱਛਿਆ ਵੀ ਜਾ ਰਿਹਾ ਤੇ ਦੱਸਿਆ ਵੀ ਜਾ ਰਿਹਾ ਹੈ ਮੈਂ ਅਹੀਂ ਲਾਈਨਸ ਕਲੱਬ ਬਾਰ-ਬਾਰ ਇਹੀ ਰਿਕਵੈਸਟ ਕਰਦੇ ਆਂ ਕਿ ਆਪਾਂ ਦੇ ਸੋਹ ਪਾਈ ਹੋਈ ਹੈ ਸਾਡੇ ਪ੍ਰਧਾਨ ਜੀ ਨੇ ਔਰ ਅੱਜ ਦੇ ਪ੍ਰੋਜੈਕਟ ਦੇ ਪ੍ਰੋਜੈਕਟ ਚੇਅਰਮੈਨ ਲਾਈਨ ਵਿਜੇ ਪਾਸੀ ਔਰ ਪੂਰੀ ਟੀਮ ਨੇ ਕਿ ਕੋਈ ਵੀ ਬੱਚਾ ਸਕੂਲ ਕਾਲਜ ਦਾ ਡਰਾਈਵਿੰਗ ਲਰਨਿੰਗ ਲਾਇਸੈਂਸ ਤੋਂ ਬਿਨਾਂ ਅਗਰ 2-ਵਿੱਲਰ ਜਾਂ 4-ਵਿੱਲਰ ਚਲਾੰਦਾ ਪਾਇਆ ਗਿਆ ਹੈ ਤੇ ਉਨੂੰ ਪਨਸ਼ਮੈਂਟ ਹੋਣੀ ਹੋਣੀ ਹੈ ਅਸੀਂ ਬਾਰ-ਬਾਰ ਇਹੀ ਕਹਿੰਨੇ ਆਂ ਵੀ ਹਰ ਬੱਚੇ ਕੋਲ ਲਾਇਸੈਂਸ ਹੋਣਾ ਚਾਹੀਦਾ ਹੈ ਔਰ ਸਾ ਇਹ ਸਾਰੇ ਦੇ ਸਾਰੇ ਪ੍ਰੋਜੈਕਟ ਜਿਹੜੇ ਆ ਆਪਣੇ ਮੈਂਬਰ ਦੇ ਸਹਿਯੋਗ ਨਾਲ ਕਰਦੇ ਆ ਗਿਆ ਔਰ ਅੱਗੇ ਵੀ ਕਰਦੇ ਰਵਾਂਗੇ ਜੈ ਹਿੰਦ ਜੈ ਲਾਇਨਿਸਮ ਅੱਜ ਲਾਇਨਸ ਕਲੱਬ ਪਠਾਨਕੋਟ ਵੱਲੋਂ ਸਾਡੇ ਪ੍ਰਧਾਨ ਲਾਇਨ ਰਜੀਵ ਖੋਸਲਾ ਦੀ ਅਗਤਿ ਵਿੱਚ ਅਸੀਂ ਇੱਕ ਡੀਟੀਓ ਆਫਿਸ ਲਰਨਿੰਗ ਲਾਈਟਿੰਗ ਲੈਸਨਸ ਦਾ ਇੱਕ ਕੈਂਪ ਲਗਾ ਰਹੇ ਹਾਂ ਜਿੱਦਾਂ ਕਿ ਪਾਸੀ ਸਾਹਿਬ ਨੇ ਦੱਸਿਆ ਸਾਡਾ ਅੱਜ 155ਵਾਂ ਪ੍ਰੋਜੈਕਟ ਹੈ ਸਬ ਪੌਣੇ 11 ਮਹੀਨਿਆਂ ਚ 155 ਪ੍ਰੋਜੈਕਟ ਕਰਨਾ ਮਤਲਬ ਏਵਰੀ ਸੈਕਿੰਡ ਡੇ ਵੀ ਆਰ ਡੂਇੰਗ 1 ਪ੍ਰੋਜੈਕਟ ਇਦੇ ਆਸਤੇ ਸਾਡੇ ਪ੍ਰਧਾਨ ਜੀ ਔਰ ਸਾਡੇ ਪ੍ਰੋਜੈਕਟ ਦੇ ਚੇਅਰਮੈਨ ਇਹਨਾਂ ਦੇ ਸਹਿਯੋਗ ਦੇ ਬਿਨਾਂ ਮੁਸ਼ਕਿਲ ਸੀਗਾ ਔਰ ਮੈਂ ਇਹੀ ਕਹਿਣਾ ਚਾਹਾਂਗਾ ਸਾਰੇ ਪਠਾਨਕੋਟ ਵਾਸੀਆਂ ਨੂੰ ਕਿ ਪਲੀਜ਼ ਹੋ ਸਕੇ ਤੇ 16 ਸਾਲ ਦੇ ਬਾਅਦ ਆਪਣਾ ਡਰਾਈਵਿੰਗ ਲਾਇਸੈਂਸ ਜ਼ਰੂਰ ਬਣਾਓ ਜੈ ਹਿੰਦ ਜੈ ਲੈਨਿਸਮ ਲਾਇਸੈਂਸ ਕਲੱਬ ਪਠਾਨਕੋਟ ਆਪਣੇ ਪ੍ਰੈਜ਼ੀਡੈਂਟ ਲੈ ਨਦੀਬ ਖੋਸਲਾ ਦੀ ਅਧਿਖਸ਼ਤਾ ਦੇ ਵਿੱਚ ਪ੍ਰੋਜੈਕਟਾਂ ਦੀ ਝੜੀ ਲਗਾ ਰਹੇ ਇਹ ਸਾਲ ਜਿਹੜਾ ਹੈ ਇਹ ਸਰਵਿਸ ਇਅਰ ਦੇ ਨਾਂ ਤੇ ਬਣਾਇਆ ਜਾ ਰਿਹਾ ਸਾਡੇ ਪ੍ਰਧਾਨ ਜੀ ਨੇ ਜਿਸ ਵੇਲੇ 1 ਜੁਲਾਈ ਨੂੰ ਚਾਰਜ ਲੇਤਾ ਸੀ ਤੇ ਇਹਨਾਂ ਨੇ ਗੁਰਦੁਆਰੇ ਜਾ ਕੇ ਕਸਮ ਖਾਧੀ ਸੀ ਕਿ ਮੈਂ ਲਾਇਨਸ ਕਲੱਬ ਦੀ ਹਿਸਟਰੀ 'ਚ ਜਿੰਨੇ ਮੈਕਸਿਮਮ ਪ੍ਰੋਜੈਕਟ ਹੋਏ ਆ ਅੱਜ ਤੱਕ ਉਹਨਾਂ ਤੋਂ ਵੱਧ ਪ੍ਰੋਜੈਕਟ ਕਰਨੇ ਆ ਸਾਡੇ ਲਾਇਨਸ ਕਲੱਬ ਦੀ ਹਿਸਟਰੀ 'ਚ ਮੈਕਸਿਮਮ ਪ੍ਰੋਜੈਕਟ ਜਿਹੜੇ ਆ 139 ਹੋਏ ਆ ਅੱਜ ਇਹ ਸਾਡਾ 151ਵਾਂ ਪ੍ਰੋਜੈਕਟ ਆ ਸਾਡੇ ਪ੍ਰਧਾਨ ਜੀ ਨੇ ਨਵੇਂ-ਨਵੇਂ ਐਯਾਮ ਸਥਾਪਿਤ ਕੀਤੇ ਆ 25 ਪ੍ਰੋਜੈਕਟ ਕੰਟੀਨਿਊਸਲੀ ਲਗਾਤਾਰ ਕੀਤੇ ਆ ਅੱਜ 151ਵਾਂ ਪ੍ਰੋਜੈਕਟ ਕਰ ਰਹੇ ਆ ਅੱਜ ਅਸੀਂ ਡੀਟੀਓ ਆਫਿਸ 'ਚ ਆਏ ਆ ਪਿਛਲੇ ਦਿਨੋਂ ਐਂਜਲ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਇੱਕ ਟ੍ਰੈਫਿਕ ਸੈਮੀਨਾਰ ਲਗਾਇਆ ਸੀ ਜਿੱਥੇ ਦੇਖਣ ਚ ਆਇਆ ਸੀ ਕਿ ਬੱਚਿਆਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਉੱਥੇ ਫਿਰ ਅਸੀਂ 25-26 ਬੱਚਿਆਂ ਦੇ ਫਾਰਮ ਵਗੈਰਾ ਭਰੇ ਸੀ ਉਹ ਸਾਰੇ ਬੱਚਿਆਂ ਨੂੰ ਅੱਜ ਇੱਥੇ ਡੀਟੀਓ ਆਫਿਸ ਬੁਲਾਇਆ ਇੱਥੇ ਬੱਚਿਆਂ ਦਾ ਟ੍ਰੈਫਿਕ ਸਾਈਨ ਦਾ ਟੈਸਟ ਹੋ ਰਿਹਾ ਜਿਹੜੇ ਬੱਚੇ ਟ੍ਰੈਫਿਕ ਸਾਈਨ ਦੇ ਟੈਸਟ ਵਿੱਚ ਪਾਸ ਹੋ ਜੂਗੇ ਉਹਨਾਂ ਨੂੰ ਲਰਨਿੰਗ ਲਾਇਸੈਂਸ ਉਹਨਾਂ ਦੇ ਬਣ ਜਊਗੇ ਜਿਹੜੇ ਕਿ 6 ਮਹੀਨੇ ਵਾਸਤੇ ਵੈਲਿਡ ਹੁੰਦੇ ਆ ਇਹ ਜਿਹੜੇ ਲਰਨਿੰਗ ਲਾਇਸੈਂਸ ਆ ਇਹ ਇਹਨਾਂ ਦੇ ਕਾਲਜ ਚ ਜਾ ਕੇ ਇਹਨਾਂ ਨੂੰ ਡਿਸਟ੍ਰਿਬਿਊਟ ਕਰਾਂਗੇ ਔਰ ਫਿਰ ਦੁਬਾਰਾ 3-4 ਮਹੀਨਿਆਂ ਦੇ ਬਾਅਦ ਕੈਂਪ ਲਗਾਵਾਂਗੇ ਉੱਥੇ ਜਾ ਕੇ ਇਹਨਾਂ ਦੇ ਪਰਮਨੈਂਟ ਡਰਾਈਵਿੰਗ ਲਾਇਸੈਂਸ ਬਣਾਏ ਜਾਊਗੇ ਲਰਨਿੰਗ ਲਾਇਸੈਂਸ ਬਣਾਉਣ ਵਾਸਤੇ ਡੇਟ ਆਫ ਬਰਥ ਦਾ ਸਰਟੀਫਿਕੇਟ ਆਧਾਰ ਕਾਰਡ ਦੀ ਕਾਪੀ ਦੋ ਫੋਟੋ ਔਰ ਸਰਕਾਰੀ ਫੀਸ ਲੱਗਦੀ ਹੈ ਮੈਂ ਪੇਰੈਂਟਸ ਨੂੰ ਰਿਕੁਐਸਟ ਕਰੂੰਗਾ ਕਿ ਜਿਹੜਾ ਬੱਚਾ ਉਹਨਾਂ ਦਾ 16 ਸਾਲ ਦਾ ਜਿਸ ਵੇਲੇ ਹੋਵੇ ਪਹਿਲਾਂ ਉਹਦਾ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਾਓ ਫਿਰ ਉਹਨੂੰ ਬਾਈਕ ਲੈ ਕੇ ਦਿਓ ਮੈਂ ਡੀਟੀਓ ਸਟਾਫ ਦਾ ਰਮੇਸ਼ ਜੀ ਦਾ ਮਨੀਸ਼ਾ ਦਾ ਵਿਸ਼ਨੂ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਨੂੰ ਸਹਿਯੋਗ ਕਰਦੇ ਆ ਤੇ ਅਸੀਂ ਬੱਚਿਆਂ ਦੇ ਡਰਾਈਵਿੰਗ ਲਾਇਸੈਂਸ ਬਣਾ ਰਹੇ ਹਾਂ ਜੈ ਹਿੰਦ ਜੈ ਲਾਈਨ ਇਜ਼ਮ ਫਾਸਟਵੇ ਪਠਾਨਕੋਟ ਦੀ ਹਰ ਖਬਰ ਕੋ ਸੋਸ਼ਲ ਮੀਡੀਆ ਪਰ ਦੇਖਣੇ ਲਈ ਆਪ ਫਾਸਟਵੇ ਨਿਊਜ਼ ਪਠਾਨਕੋਟ ਤੇ YouTube ਚੈਨਲ Facebook ਪੇਜ ਕੋ ਲਾਈਕ ਕੀਜੀਏ Twitter اور Instagram ਪੇਜ ਕੋ ਫਾਲੋ ਕੀਜੀਏ اور ਫਾਸਟਵੇ ਨਿਊਜ਼ ਪਠਾਨਕੋਟ YouTube ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੋ